ਅੱਜ ਕੋਈ ਬੰਦਾ ਇਹ ਜਿਹੜਾ ਅਸਲੀ ਕਹਿ ਸਕਦਾ ਜਿਹਦੇ ਵਿੱਚ ਸਿੱਖੀ ਆ ਉਹ ਚੁੱਪ ਕਰਕੇ ਨਹੀਂ ਬੈਠ ਸਕਦਾ ਕਿਉਂਕਿ ਹਾਲਾਤ ਐਸੇ ਹੋ ਗਏ ਕਿ ਜਿਸ ਤਰ੍ਹਾਂ ਸਾਨੂੰ ਸਾਡੇ ਮਹਾਨ ਧਾਰਮਿਕ ਸਥਾਨਾਂ ਤੋਂ ਲਗ ਕਰਨ ਦਾ ਯਤਨ ਹੋ ਰਿਹਾ ਉਹ ਸਾਨੂੰ ਹੁਣ ਚੈਨ ਨਾਲ ਬੈਠਣ ਨਹੀਂ ਦੇ ਸਕਦਾ ਜਿਹਦੇ ਵਿੱਚ ਜਜ਼ਬਾ ਹੈ ਸੋ ਅੱਜ ਮੈਂ ਸਮਝਦਾ ਕਿ ਜਿਸ ਤਰ੍ਹਾਂ ਸ਼ੁਰੂਆਤ ਕੀਤੀ ਆ ਸਰਨਾ ਭਰਾਵਾਂ ਨੇ ਇਹ ਆਉਣ ਵਾਲੇ ਸਮੇਂ ਦੇ ਸੰਕੇਤ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਾਸਟਰ ਤਾਰਾ ਸਿੰਘ ਹੋਰੀ ਕਹਿੰਦੇ ਹੁੰਦੇ ਸੀ ਕਹਿੰਦੇ ਜਦੋਂ ਕੋਈ ਹਾਲਾਤ ਐਸੇ ਬਣ ਕੇ ਜਦੋਂ ਪੰਥ ਦਾ ਮੋਰਚਾ ਲੱਗ ਜਾਂਦਾ ਨਾ ਫਿਰ ਘਰਾਂ 'ਚ ਬੈਠੀਆਂ ਬੀਬੀਆਂ ਵੀ ਬਜ਼ੁਰਗ ਵੀ ਬੱਚੇ ਵੀ ਬਾਹਰ ਨਿਕਲ ਕੇ ਸੜਕਾਂ 'ਤੇ ਆ ਜਾਂਦੇ ਆ ਪਰ ਸਹੀ ਮੈਨੇ ਆ ਵਿੱਚ ਪੰਥਕ ਸ਼ਬਦ ਕਹਿ ਲਓ ਅਕਾਲੀ ਦਲ ਦਾ ਵਰਕਰ ਕਹਿ ਲੋ ਲੀਡਰ ਕਹਿ ਲੋ ਉਹਦਾ ਵਿਵਹਾਰ ਕਿਹੋ ਜਿਹਾ ਹੋਣਾ ਚਾਹੀਦਾ ਉਹਦਾ ਚਿਹਰਾ ਕਿਹੋ ਜਿਹਾ ਹੋਣਾ ਚਾਹੀਦਾ ਉਹਦਾ ਆਚਰਣ ਕਿਹੋ ਜਿਹਾ ਹੋਣਾ ਚਾਹੀਦਾ ਉਹਦੀ ਸੋਚ ਕਿਹੋ ਜਿਹੀ ਹੋਣੀ ਚਾਹੀਦੀ ਆ ਉਹਦੇ ਕੰਮਕਾਰ ਕੀ ਹੋਣੇ ਚਾਹੀਦੇ ਆ ਜੇ ਸਾਰੀਆਂ ਗੱਲਾਂ ਦੇ ਆਸ ਉਮੀਦ ਕਿਸੇ ਅਸਲੀ ਅਕਾਲੀ ਵਰਕਰ ਜਾਂ ਲੀਡਰ ਤੋਂ ਕੋਈ ਰੱਖੀ ਜਾ ਸਕਦੀ ਆ ਸਾ ਇਹ ਸਰਨਾ ਭਰਾਵਾ ਤੇ ਰੱਖੀ ਜਾ ਸਕਦੀ ਹੈ ਦੇਖੋ ਇਹਨਾਂ ਦਾ ਪਰਿਵਾਰ ਵੱਡੇ ਸਾਡੇ ਬਜ਼ੁਰਗ ਵੀ ਪਰਿਵਾਰ ਦੀਆਂ ਸਾਡੀਆਂ ਭੈਣਾਂ ਵੀ ਔਰ ਪਰਮਜੀਤ ਤੇ ਹਰਵਿੰਦਰ ਹੋਣੀ ਭੁਪਿੰਦਰ ਹੋਣੀ ਵੀ ਇਹ ਤਾਂ ਕਰਦੇ ਕਰਦੇ ਸੀ ਪੰਥ ਦੀ ਸੇਵਾ ਅਮਰੀਕਾ 'ਚ ਬੈਠਿਆ ਪਿਰਤਪਾਲ ਮਿੱਕੇ ਜੀ ਨੂੰ ਅਸੀਂ ਕਹਿੰਦੇ ਆ ਇਹ ਤਾਂ ਬਿਨੇ ਰਿਹਾ ਗਿਆ ਇਹ ਵੀ ਸਭ ਤੋਂ ਪਹਿਲਾਂ ਐਸੇ ਸਮੇਂ ਚੁਣੌਤੀ ਵਾਲੇ ਸਮੇਂ ਅਮਰੀਕਾ ਦਾ ਕਾਰੋਬਾਰ ਛੱਡ ਕੇ ਐਸੇ ਸੰਕਰਦੇ ਸਮੇਂ ਇੱਥੇ ਨਾਲ ਆਪਣੇ ਪਰਿਵਾਰ ਦੇ ਆ ਕੇ ਖੜ ਗਿਆ ਅੱਗੇ ਬੱਚੇ ਵੀ ਜਿਹੜੇ ਨੇ ਉਸ ਪਾਸੇ ਤੁਰ ਰਹੇ ਨੇ ਸੋ ਮੈਂ ਸਮਝਦਾ ਜਦੋਂ ਕਿਸੇ ਪਰਿਵਾਰ ਦੇ ਵਿੱਚ ਜਨਰੇਸ਼ਨ ਅਗਲੀ ਜਨਰੇਸ਼ਨ ਵੀ ਉਸ ਪਾਸੇ ਤੁਰ ਪੈਂਦੀ ਆ ਤਾਂ ਕੁਦਰਤੀ ਤੌਰ ਤੇ ਉਹ ਸਫਲਤਾ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਸਰਨਾ ਪਰਿਵਾਰ ਕੇਵਲ ਦਿੱਲੀ ਵਿੱਚ ਨਹੀਂ ਸਮੁੱਤ ਪੰਥ ਦੇ ਵਿੱਚ ਇੱਕ ਪੰਥਕ ਪਰਿਵਾਰ ਦੇ ਤੌਰ ਤੇ ਜਾਣਿਆ ਜਾਂਦਾ ਰਿਹਾ ਔਰ ਇੱਥੇ ਜ਼ਿਕਰ ਵੀ ਹੋਇਆ ਕਿ ਸ਼ਰੋਮਣੀ ਅਕਾਲੀ ਦਲ ਦੇ ਅੱਜ ਤੱਕ ਦੇ ਰਹਿ ਚੁੱਕੇ ਪ੍ਰਧਾਨ ਕੋਈ ਵੀ ਇੱਕ ਐਸਾ ਨਹੀਂ ਹੋਣਾ ਜਿਨ੍ਹਾਂ ਦੀ ਠਾਰ ਜਿਨ੍ਹਾਂ ਦਾ ਅੱਡਾ ਜਿਨ੍ਹਾਂ ਦਾ ਆਉਣਾ ਜਾਣਾ ਸਰਨਾ ਪਰਿਵਾਰ ਦੇ ਘਰੇ ਨਾ ਹੋਇਆ ਹੋਵੇ ਮੈਂ ਆਇਤਾ ਵਧੀਆ ਗੱਲ ਆ ਜੇ ਮੈਂ ਹਰਵਿੰਦਰ ਜੀ ਕਹਿ ਰਹੇ ਸੀ بارش ਹੋਊਗੀ ਗੁਰੂ ਨੇ ਸਭ ਕਰਦਾ ਫਰਜ਼ਾ ਝਾੜਦਾ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਲਦੇਵ ਰਾਣੀ ਬਾਗ ਨੇ ਆਪਣਾ ਖੂਨ ਡੋਲ ਕੇ ਆਉਂਦੇ ਸੰਘਰਸ਼ ਦੀ ਮੈਂ ਸਮਝਦਾ ਇੱਕ ਵਿਗਲ ਵਜਾਤਾ ਇਹ ਵੀ ਚੰਗੀ ਗੱਲ ਆ ਸੋ ਮੈਂ ਇੱਕ ਵਾਰ ਫੇਰ ਸਾਰਿਆਂ ਦਾ ਧੰਨਵਾਦ ਕਰਕੇ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵੈਰੀ ਸਤ ਸ੍ਰੀ ਅਕਾਲ